ਜੀ ਸਾਡੇ ਮੈਡੀਕਲ ਐਜੂਕੇਸ਼ਨ ਦੇ ਆਪਣੇ ਨਹੀਂ ਆਏ ਅੱਜ ਮੇਰਾ ਖਿਆਲ ਹੈ ਨਹੀਂ ਉਰੇ ਔਰ ਨਾਲੇ ਸਾਡੇ ਚੀਫ ਸੈਕਟਰੀ ਸਾਹਿਬਾ ਸਾਰੇ ਆਫਿਸਰ ਸਾਹਿਬਾਨ ਸਾਡੇ ਮੈਡੀਕਲ ਟੀਮ ਜਿਨ੍ਹਾਂ ਦੇ ਮੁਖੀ ਨੇ ਡਾਕਟਰ ਤਲਵਾਰ ਜਿਨ੍ਹਾਂ ਨੂੰ ਤੁਸੀਂ ਸੁਣਿਆ ਅੱਜ ਔਰ ਹੋਰ ਵੀ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਫਿਸਰ ਸਾਹਿਬਾਨ ਹਰ ਮਹਿਕਮੇ ਦੇ ਜੋ ਲੱਗੇ ਹੋਏ ਹੋ ਇਸ ਜੰਗ ਦੇ ਵਿੱਚ ਔਰ ਖਾਸ ਕਰਕੇ ਅੱਜ ਮੈਂ ਗੱਲ ਕਰ ਰਿਹਾ ਆਪਣੇ ਪੰਜਾਬ ਦੇ ਸਰਪੰਚ ਪੰਚ ਸਾਹਿਬਾਨ ਨੂੰ ਜਿਨ੍ਹਾਂ ਦੇ ਨਾਲ ਮੈਂ ਗੱਲਬਾਤ ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਉਹਨਾਂ ਨੂੰ ਕੁਝ ਗੱਲਾਂ ਵੀ ਦਿਨੋਂ ਕਰਨੀਆਂ ਨੇ ਤੁਹਾਡੇ ਨਾਲ ਔਰ ਹੋਰ ਇਹਨਾਂ ਤੋਂ ਇਲਾਵਾ ਜੋ ਵੀ ਜ਼ਿਲ੍ਹਾ ਪਰਿਸ਼ਦ ਦੇ ਹੋਣ ਜਾਂ ਕੋਈ ਹੋਰ ਵੀ ਜਥੇਬੰਦੀ ਦੇ ਹੋਣ ਲੋਕ ਜਾਂ ਸਿਰਫ ਸੁਣਦੇ ਹੀ ਹੋਣ ਆਪਣੇ ਪਿੰਡ ਦੇ ਵਾਸੀ ਹੋਣ ਜੋ ਸੁਣ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਅੱਜ ਇਸ ਔਖੀ ਘੜੀ ਦੇ ਵਿੱਚ ਮੈਂ ਇਹਨੂੰ ਔਖੀ ਘੜੀ ਕਹੂੰਗਾ ਇੱਕ ਮੌਕਾ ਮਿਲਿਆ ਮੈਨੂੰ ਕਿ ਸਾਰੇ ਪੰਜਾਬ ਦੇ ਨਾਲ ਮੈਂ ਗੱਲ ਕਰ ਸਕਦਾ ਅੱਜ ਆਪਣੇ 3000 ਦੇ ਕਰੀਬ ਪਿੰਡ ਨੇ ਔਰ 4000 ਦੇ ਕਰੀਬ ਅੱਜ ਸਕਰੀਨ ਲੱਗੀਆਂ ਹੋਈਆਂ ਨੇ ਹਰ ਪਿੰਡ ਦੇ ਦੋ ਤਿੰਨ ਪਿੰਡ ਇਕੱਠੇ ਹੋ ਕੇ ਕੁਛ ਵਾਸੀ ਉੱਧਰੋਂ ਆਏ ਨੇ ਉਹ ਇਸ ਗੱਲ ਨੂੰ ਉੱਥੇ ਦੇਖ ਰਹੇ ਨੇ ਇਹਦਾ ਮਤਲਬ ਕੀ ਸੀ ਕਿ ਅਸੀਂ ਇਹਨਾਂ ਪ੍ਰਬੰਧ ਕੀਤਾ ਤੁਹਾਨੂੰ ਡਾਕਟਰ ਤਲਵਾਰ ਸਾਹਿਬ ਨੇ ਦੱਸਿਆ ਹੋਰ ਜਿਹੜੇ ਤੁਹਾਡੇ ਤ੍ਰਿਪਤ ਬਾਜਵਾ ਜੀ ਨੇ ਦੱਸਿਆ ਡਾਕਟਰ ਔਰ ਸਾਡੇ ਹੈਲਥ ਮਿਨਿਸਟਰ ਸਾਹਿਬ ਨੇ ਦੱਸਿਆ ਬਲਬੀਰ ਜੀ ਨੇ ਕਿ ਕੀ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ ਬਹੁਤ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਇਸ ਗੱਲ ਨੂੰ 14 ਮਹੀਨੇ ਹੋ ਗਏ ਨੇ ਜਦ ਤੋਂ ਇਹ ਕੋਵਿਡ ਸਾਡੀ ਇੱਥੇ ਹਿੰਦੁਸਤਾਨ ਦੇ ਵਿੱਚ ਆਈ ਹੈ ਪਿਛਲੇ ਮਾਰਚ ਤੋਂ ਹੁਣ ਮਈ ਹੋ ਗਈ 14 ਮਹੀਨੇ ਹੋ ਗਏ ਨੇ ਔਰ ਇਸ ਤੋਂ ਪਹਿਲਾਂ ਦੁਨੀਆ ਸਾਰੇ ਦੁਨੀਆ ਪੱਧਰ ਇਹ ਫੈਲੀ ਹੋਈ ਸੀ ਅਮਰੀਕਾ ਦੇਖੋ ਕਿੰਨੇ ਉੱਥੇ ਮਾੜਾ ਹਾਲ ਰਿਹਾ ਕੈਨੇਡਾ ਦੇ ਵਿੱਚ ਰਿਹਾ ਜਰਮਨੀ ਦੇ ਰਿਹਾ UK ਦੇ ਵਿੱਚ ਰਿਹਾ ਕੋਈ ਜਗ੍ਹਾ ਹੀ ਨਹੀਂ ਛੱਡੀ ਜਿੱਥੇ ਇਹ ਗੱਲ ਫੈਲੀ ਨਹੀਂ ਹੋਈ ਸੀ ਔਰ ਹਿੰਦੁਸਤਾਨ ਨੇ ਸ਼ੁਰੂ 'ਚ ਬੜੀ ਹਿੰਮਤ ਕੀਤੀ ਹੁਣ ਜਿਹੜੀ ਗੱਲ ਸਮਝਣ ਵਾਲੀ ਹੈ ਆਪਾਂ ਨੂੰ ਕਿ ਅੱਜ ਤਾਈਂ ਕਿਸੇ ਨੂੰ ਪਤਾ ਨਹੀਂ ਇਹ ਬਿਮਾਰੀ ਹੈ ਕੀ ਡਾਕਟਰ ਤਲਵਾਰ ਨੇ ਤੁਹਾਨੂੰ ਦੱਸਿਆ ਸਾਡਾ ਸਾਨੂੰ ਪਤਾ ਹੈ ਕਿ ਇਟਸ ਅ ਵਾਇਰਸ ਇੱਕ ਕਰੋਨਾ ਹੈ ਲੇਕਿਨ ਇਹ ਆਈ ਕੈਸੇ ਕਿੱਥੋਂ ਆਈ ਕਿੱਥੋਂ ਨਹੀਂ ਆਈ ਇਹ ਸਾਨੂੰ ਪਤਾ ਹੈ ਕਿ ਚੀਨ ਦੇ ਵਿੱਚ ਵੁਹਾਨ ਜ਼ਿਲ੍ਹੇ ਦੇ ਵਿੱਚ ਇਹ ਸ਼ੁਰੂਆਤ ਹੋਈ ਸੀ ਔਰ ਉੱਥੋਂ ਇਹ ਫੈਲੀ ਹੈ ਲੇਕਿਨ ਕੈਸੇ ਇੰਨੀ ਤੇਜ਼ੀ ਨਾਲ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਇਹ ਵੀ ਨਹੀਂ ਸਾਨੂੰ ਪਤਾ ਔਰ ਕਦੋਂ ਇਹ ਪਹਿਲਾਂ ਇਹਦਾ ਕਿਸ ਤਰੀਕੇ ਨਾਲ ਇਹ ਇਸ ਬਿਮਾਰੀ ਨੇ ਅੱਗੇ ਫੈਲਣਾ ਹੈ ਮੈਂ ਇਸ ਲਈ ਕਹਿ ਰਿਹਾ ਕਿ ਸੰਨ 1918 ਵਿੱਚ ਇੱਕ ਯੂਰਪ ਦੇ ਵਿੱਚ ਸਪੈਨਿਸ਼ ਫਲੂ ਚੱਲੀ ਸੀ ਔਰ ਸਾਡੇ ਜਦੋਂ ਪਹਿਲਾ ਮਹਾਂਜੰਗ ਹੋਇਆ ਸੀ ਉਸ ਤੋਂ ਬਾਅਦ ਸਾਡੇ ਫੌਜੀ ਜਿਹੜੇ ਵਾਪਸ ਆ ਰਹੇ ਸੀ ਹਿੰਦੁਸਤਾਨ ਉਹ ਲੈ ਕੇ ਆਏ ਸੀ ਉੱਥੇ ਬਿਮਾਰੀ ਨੂੰ ਔਰ 18 ਤੋਂ ਲੈ ਕੇ 1922 ਤੱਕ 4 ਸਾਲ ਇਹ ਚੱਲਦਾ ਰਿਹਾ 4 ਵਾਰ ਉੱਪਰ ਗਈ ਇਹਨੂੰ ਸਪਾਈਕ ਕਹਿੰਦੇ ਆ ਫਿਰ ਥੱਲੇ ਆਈ ਫਿਰ ਉੱਪਰ ਚੜ੍ਹ ਗਈ ਫਿਰ ਥੱਲੇ ਆਈ 4 ਵਾਰ ਅੱਜ ਅਸੀਂ ਦੂਸਰਾ ਸਪਾਈਕ ਦੇਖ ਰਹੇ ਹਾਂ ਇੱਥੇ ਇਸ ਬਿਮਾਰੀ ਦਾ ਕਿੰਨੇ ਆਉਣਗੇ ਅੱਗੇ 3 ਹੋਣਗੇ 4 ਹੋਣਗੇ 5 ਹੋਣਗੇ 7 ਹੋਣਗੇ ਕਿਸੇ ਨੂੰ ਨਹੀਂ ਪਤਾ ਕਿ ਕਿਆ ਹੋ ਰਿਹਾ ਅੱਜ ਇੰਨਾ ਹੈ ਕਿ ਜਿਹੜੇ ਸਾਡੇ ਮਾਹਰ ਨੇ ਦੁਨੀਆ ਦੇ ਵਿੱਚ ਔਰ ਸਾਡੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਦਾ ਸਾਹਮਣਾ ਕਰ ਰਹੇ ਨੇ ਆਈਡੈਂਟੀਫਾਈ ਕਰ ਰਹੇ ਨੇ ਲੇਕਿਨ ਇਹ ਬਿਮਾਰੀ ਬਦਲਦੀ ਰਹਿੰਦੀ ਆਪਣੀ ਸ਼ਕਲ ਨੂੰ ਮਿਊਟੈਂਟ ਬਣ ਜਾਂਦੇ ਨੇ ਇਸ 'ਤੇ ਇੱਕ ਅਗਰ ਅੱਜ ਸਰਸਰੀ ਤੌਰ 'ਤੇ ਅਗਰ ਮੈਂ ਕਹਾਂ ਕਿ ਕੋਈ ਵਾਇਰਸ ਹੈ ਜਿਹਦਾ ਨੰਬਰ 1 ਹੈ ਉਹ ਕੁਛ ਦਿਨਾਂ ਬਾਅਦ ਸ਼ਾਇਦ 3 ਬਣ ਜਾਏ 3-7 ਬਣ ਜਾਏ 7-11 ਬਣ ਜਾਏ ਉਹ ਚੇਂਜ ਕਰਦਾ ਰਹਿੰਦਾ ਆਪਣੇ ਆਪ ਨੂੰ ਹੁਣ ਤਾਂ ਇਹ ਕੁਦਰਤੀ ਜਿਹੜੀਆਂ ਸਾਡੇ ਅਸੀਂ ਵੈਕਸੀਨਸ ਦੇ ਰਹੇ ਹਾਂ ਉਹ ਸਾਰੇ ਇਹ ਜਿਹੜੀ ਮੌਜੂਦਾ ਮਿਊਟੈਂਟਸ ਬਣ ਰਹੇ ਨੇ ਉਹਨਾਂ ਨੂੰ ਇਹਨੂੰ ਸਾਂਭ ਸਕਦੀਆਂ ਨੇ ਲੇਕਿਨ ਅੱਗੇ ਦਾ ਕੁਛ ਨਹੀਂ ਪਤਾ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿੰਨੀ ਤਾਂ ਅਸੀਂ ਕਰ ਸਕਦੇ ਹਾਂ ਆਪਣੀ ਤਰਫ ਤੋਂ ਵੈਕਸੀਨ ਲਿਆ ਸਕਦੇ ਹਾਂ ਤੁਹਾਨੂੰ ਦੇਣ ਵਾਸਤੇ 45 ਸਾਲ ਦੀ ਉੱਪਰ ਤੋਂ ਉਹ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ 18 ਤੋਂ 45 ਦੇ ਦਰਮਿਆਨ ਅਸੀਂ ਆਪਣੇ ਸੈਂਟਰ ਆਪਣੀ ਗਵਰਨਮੈਂਟ ਪੰਜਾਬ ਗਵਰਨਮੈਂਟ ਉਹਨਾਂ ਨੂੰ ਲੈ ਕੇ ਦੇ ਰਹੀ ਹੈ ਇਹ ਅਸੀਂ ਦੇਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਮੁਸੀਬਤ ਇਹ ਹੈ ਕਿ ਹਿੰਦੁਸਤਾਨ ਜਿੰਨੀ ਲੋੜ ਹੈ ਇੰਨੀ ਸਾਡੇ ਜਿਹੜੇ ਲੈਬੋਰਟਰੀਜ਼ ਨੇ ਬਣਾ ਨਹੀਂ ਸਕਦੇ ਤਾਂ ਉੱਥੋਂ ਵੀ ਕੋਸ਼ਿਸ਼ ਹੋ ਰਹੀ ਹੈ ਕਿ ਆਪਣਾ ਪ੍ਰੋਡਕਸ਼ਨ ਇਹਦਾ ਵਾਧਾ ਕਰਨ ਬਾਹਰੋਂ ਮੰਗਾਈ ਜਾਏ ਜੈਸੇ ਸਪੁਟਨਿਕ 5 ਹੈ ਰੂਸ ਤੋਂ
कोई होर मुल्क ने जिहड़े बना रहे ने उत्थों भी बनाई जाए, ये कोशिश गवर्नमेंट ऑफ इंडिया कर रही है। असीं गवर्नमेंट ऑफ इंडिया तो ले रहे हैं, जिथे जिथे प्राइवेट कंपनियां नाल असीं गल करते हैं, छोटे अपनी उम्र के लोगों नूं 18 तो 45 तक उत्थे उन्होंने कोल इन्ना है नहीं। सानू जो मिले इस वेले बहुत घट मिले और बड़े घट बच्चों असी दे सके हैं। मेरे को आंकड़े ने सारे उठ जो असी दे सके उन्होंने, और कारण यही सिर्फ कि साढ़े कोल इन्ना है नहीं। इस वेले जद आऊगा असी करांगे, पर जिहड़े दूजे नूं जिहड़े 45 साल के उपर से, एक समय सी कि वैक्सीन बहुत सी लोग लगाते नहीं से, क्यों? डर सी, टेस्ट भी नहीं कराते, डर सी। हुण और एक दो दो लाख साढ़े कोल वैक्सीन डेली भेजने गवर्नमेंट ऑफ इंडिया तैयार सी, लेकिन आप 90,000 का टैसट हो जाता सी, 95 का, 100 एक बार 1,40,000 मेरे ख्याल जनवरी के महीने पहुँचा, नहीं तो फिर थले उ 90 थे लगाते नहीं से। हूँ उल्टा वो काम हो गया, हूँ सारे लगाना चाहते हैं लेकिन वैक्सीन नहीं है। सो वैक्सीन की असी हूँ प्रबंध कर रहे हैं, पूरी साड़ी पूरी एडमिनिस्ट्रेशन लगी हुई है इस काम ये करने वास्ते, और नाले ऑक्सीजन वास्ते। हूँ ऑक्सीजन की थोनू अज तिरुपति जी ने दसिया, बलबीर जी ने दसिया, नाले थोनू डॉक्टर तलवार साहब ने दसिया। देखो गल ये है, बलबीर जी मैंने कहानी दस रहे थे कि उत्थे गए से रामपुरे फूल, और उत्थे पूछा कि फलाना बंदा कित्थे, वो कहंदे जी वो मंजे च पिया, उन्हें तो टाइफॉइड हो गया। तो ये कहंदे उन्हें बुलाओ तो सही, उन्हें बुला बुलू के डॉक्टर भेज के उन्होंने टैसट कराया, टाइफॉइड नहीं सी, सी करोना। आ जड़िया गल्ला ने ना कि जे अपने आप ही आप डॉक्टर बन जाते हैं, तिरुपति जी ने दसिया आप कैसे डॉक्टर बन सकते हैं। अगर सानू कोई चीज़ होए, कोई साड़ा सिर दर्द करे, साड़ा गला खराब होए, साड़ा जुकाम होए, साड़ा छाती दे दर्द है, बदन दर्द है, तो जाओ अपने डॉक्टर को, अपने हेल्थ वेलफेयर सेंटर अपने को। इस वेले 2046 अपने को वेलनेस और हेल्थ सेंटर ने, 800 होर बन रहे हैं, उत्थे जाओ, उन्होंने दिखाओ, उन्होंने टेस्ट करवाओ, और उन्होंने पता लगो। ए तो नहीं आप सारे अपने आप डॉक्टर बन जाइए, कैसे बन सकते हैं। हूँ नतीजा ये है जो डॉक्टर तलवार ने तुम दसिया, तीन किस्म के स्टेज होंगे ने इस बीमारी, L1, Level 1, Level 2 तो Level 3, तीन किस्म के। Level 1 तो जो कोई पता लग जाए कि मैं बीमारी है कोरोना की, और ये फतेह किट ले जाता है अपने घर जाके दवाइया शुरू कर देता है, और उत्थे अपना आराम कर देना, और राजी हो जाता है। Level 2 जो बढ़ जाती है कुछ, और वह फिर हस्पताल जाते हैं, और पता लगता है कि Level 2 है कितने कितने ऑक्सीजन की लोड़ पैंदी है, नहीं तो हस्पताल की लोड़ जरूर पैंदी है, नहीं Level 1 घर च, Level 2 हॉस्पिटल च। पर लेकिन साढ़े पंजाब आप जाते हैं उदों जब अखीरला दिन आ जाता है साढ़ा। हूँ थोड़ा पता Level 2 मेरे को इस वे 64% मेरे बैड भरे हुए हैं, लेकिन Level 3 85%, क्योंकि आप जाते बहुत लेट हैं, और जब तुम जाने हो फिर ऑक्सीजन भी, और फिर मशीन पिया लो, आंकड़े लो मेरे इतों लो ऑक्सीजन तो अज का दिन जेडे अज की रिपोर्ट आई है कल शाम 7 बजे तक 9,936 बंदे मेरे ऑक्सीजन ने पंजाब के, 419 वेंटिलेटर के उपर ने, एक कोई अच्छी गल है। नवे तो आए ने जेडे हूँ घट रहे हैं कम, जिते पहला 9,000 के उपर चढ़ गया सी, अज मेरे 6,947 नवे केस ने, घट रहा कम, कंट्रोल आ रहा, कंट्रोल तुम कर रहे हो, असी कर रहे, सारे कर रहे हैं, और आदि वो कंट्रोल हो रहा है। लेकिन जेडे जाते ने वो जाते ने लेट, और ऑक्सीजन लैवल दे बढ़ रहे हो। ये काम अपन अपनी पंजाबियों की आदत है हर वेले, ये कोई नवी चीज़ नहीं, अखीरले दम से जाके आप इतने जाके अपने डॉक्टर को जाने। मैं बेनती करता थोनू, और मैं करता है, और 14 महीने तो मैं कर रहा कि मेहरबानी करो, अपने परिवारों नू बचाओ, अपने बच्चों नू बचाओ, घर वालों नू बचाओ, गुआंढियों नू बचाओ, पिंड बचाओ, मोहल्ले बचाओ, जाओ जदों भी कोई गल हुंदी है जाओ डॉक्टर को, और अपना टेस्ट करवाओ, और अगर थोड़ा कोविड है अपना परिवार का भी टेस्ट कराओ और जाओ बाहर। पिछली बार शहर के विच एक गल सी, हुण देखो शहर साढ़े बड़े काबू के विच आ गए ने, शहर ऐतकी नहीं शहर हो गए जी सैकेंड है, आ देखो तुसीं किन्ने कित्थे होया लुधियाना, हुण इत्थे जिथे अमृतसर है देखो, ये 1200 सी कुछ दिन पहला, हुण नवे केस ने 427। लेकिन इधर पासे जो पिंड ने साढ़े, और फिर ज़्यादा ज़िले पिंड
ਬਰਨਾਲੇ 'ਚ 72, ਤਰਨ ਤਾਰਨ 83 ਨਵੇਂ ਕੇਸ, ਫਤਿਹਗੜ੍ਹ ਸਾਹਿਬ 98। ਇਹ ਵੱਧ ਰਿਹਾ, ਪਿੰਡਾਂ ਦੇ ਵਿੱਚ ਵੱਧ ਰਿਹਾ ਔਰ ਸ਼ਹਿਰਾਂ ਦੇ ਵਿੱਚ ਘੱਟ ਰਿਹਾ। ਇਸ ਕਰਕੇ ਇਹ ਕਹਿਣਾ, ਕੁਛ ਕਹਿੰਦੇ ਹੁੰਦੇ ਸੀ ਲੋਕ ਕਿ ਅਮੀਰਾਂ ਦੀ ਇਹ ਜੀ ਹੈ ਤਾਂ ਸਿਰਫ ਸ਼ਹਿਰਾਂ ਦੇ ਵਿੱਚ ਬਿਮਾਰੀ ਹੋਊਗੀ, ਇਹ ਬਿਮਾਰੀ ਨਾ ਕੋਈ ਅਮੀਰ ਗਰੀਬ ਦਾ ਕੋਈ ਇੱਥੇ ਨਹੀਂ ਦੇਖਦੇ, ਇਹ ਤਾਂ ਜਿਹੜੇ ਪਕੜ ਸਕਦੀ ਉਹਨੂੰ ਪਕੜ ਲੈਂਦੀ ਹੈ। ਔਰ ਇਹਦਾ ਸਾਹਮਣਾ ਕਰਨਾ ਸਾਡਾ ਕੰਮ ਹੈ, ਇਹ ਆਪਾਂ ਦੇਖ ਨਹੀਂ ਸਕਦੇ ਕਿ ਕੌਣ ਹੈ ਸਾਡਾ ਦੁਸ਼ਮਣ। ਅਗਰ ਪਾਕਿਸਤਾਨ ਨਾਲ ਜੰਗ ਹੋਏ ਜਾਂ ਚੀਨ ਨਾਲ ਜੰਗ ਹੋਏ, ਸਾਨੂੰ ਪਤਾ ਇੱਥੇ ਚੀਨੀ ਬੈਠਾ ਹੈ, ਇੱਥੇ ਪਾਕਿਸਤਾਨੀ ਬੈਠਾ, ਇੱਥੇ ਤਾਂ ਥੋੜ੍ਹਾ ਇਹ ਜਿਹੜਾ ਦੁਸ਼ਮਣ ਹੈ ਤਾਂ ਘੁੰਮ ਰਿਹਾ ਸਾਰੇ ਕਿਤੇ, ਆਪਾਂ ਦੇਖ ਨਹੀਂ ਸਕਦੇ ਇਸ ਨੂੰ। ਇਸ ਕਰਕੇ ਆਪਾਂ ਨੂੰ ਆਪਣੇ ਤੌਰ 'ਤੇ ਆਪਣੇ ਕਦਮ ਚੱਕਣੇ ਪੈਣਗੇ। ਅਗਰ ਡਾਕਟਰ ਸਾਹਿਬ ਕਹਿੰਦੇ ਨੇ ਤਾਂ ਮੂੰਹ ਅਤੇ ਨੱਕ ਆਪਣਾ ਢੱਕੋ, ਤਾਂ ਮੂੰਹ ਅਤੇ ਨੱਕ ਢੱਕੋ, ਸਿਰਫ ਮੂੰਹ ਨਹੀਂ ਨੱਕ ਵੀ ਸਭ ਕੁਛ ਢੱਕੋ। ਹੱਥ ਧੋਣੇ ਨੇ ਤਾਂ ਹੱਥ ਧੋ, ਫਿਰ ਤੁਸੀਂ ਇਹ ਡਿਸਇਨਫੈਕਟੈਂਟ ਲਾਉਣੇ ਨੇ ਹੱਥਾਂ ਨੂੰ, ਇਹਦੇ ਵਿੱਚ ਜਦੋਂ ਕਦੇ ਕਿਤੇ ਚਲੇ ਗਏ ਉਹ ਵੀ ਲਾਓ, ਫਿਰ ਤੁਸੀਂ ਜਾਣਾ ਆਪਣਾ ਸੋਸ਼ਲ ਡਿਸਟੈਂਸਿੰਗ ਰੱਖੋ। ਇਹ ਸਾਰੀਆਂ ਗੱਲਾਂ ਨੇ ਜੋ ਡਾਕਟਰਾਂ ਨੇ ਮਾਹਰਾਂ ਨੇ ਦੁਨੀਆਂ ਤੋਂ ਦੱਸੀਆਂ ਨੇ, ਆਪਾਂ ਕਿਉਂ ਨਹੀਂ ਇਸ ਨੂੰ ਇਹਦਾ ਕਰ ਸਕਦੇ ਪਏ। ਤਾਂ ਇਹ ਮੇਰੀ ਬੇਨਤੀ ਹੈ ਤੁਹਾਨੂੰ ਦੱਸਣ ਦੀ ਕਿ ਇੱਥੇ ਹਾਲਾਤ ਅੱਛੇ ਨਹੀਂ, ਆਪਾਂ ਨੇ ਕਈ ਚੀਜ਼ਾਂ ਕਰਨੀਆਂ ਪੈਣਗੀਆਂ। ਔਰ ਮੈਨੂੰ ਡਰ ਹੈ ਕਿ 13,000 ਪਿੰਡ ਨੇ ਆਪਣੀ, ਆਬਾਦੀ ਬਹੁਤ ਜ਼ਿਆਦਾ ਆਪਣੀ, ਹੁਣ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ, 3 ਕਰੋੜ ਲੋਕਾਂ ਦੇ ਵਿੱਚੋਂ ਅਗਰ ਇਹ ਗੱਲ ਵਧਣ ਲੱਗੀ ਤਾਂ ਫਿਰ ਕਾਬੂ ਕਿਵੇਂ ਕਰਾਂਗੇ ਆਪਾਂ? ਇਹ ਕਾਬੂ ਕੋਈ ਨਹੀਂ ਲੜ ਸਕਦਾ, ਇਹ ਇੱਕ ਬੰਦਾ ਨਹੀਂ ਲੜ ਸਕਦਾ। ਕਿਸੇ ਨੇ ਕਿਹਾ ਅੱਜ ਕਿ ਚੀਫ ਮਿਨਿਸਟਰ ਨੇ ਵਧੀਆ ਕੰਮ ਕੀਤਾ, ਚੀਫ ਮਿਨਿਸਟਰ ਕੀ ਕਰ ਸਕਦਾ? ਚੀਫ ਮਿਨਿਸਟਰ ਕੁਛ ਨਹੀਂ ਕਰ ਸਕਦਾ, ਇਹ ਟੀਮ ਐਫਰਟ ਹੈ। ਹਾਕੀ ਦੇ ਵਿੱਚ ਜਾਂ ਫੁੱਟਬਾਲ ਦੇ ਵਿੱਚ ਜਾਂ ਕ੍ਰਿਕਟ ਦੇ ਵਿੱਚ ਕੈਪਟਨ ਕਰ ਸਕਦਾ ਕੁਛ? ਜਦ ਤਾਈਂ ਉਹਦੇ 10 ਬੰਦੇ ਨਾਲ ਨਾ ਉਹਦੇ ਟੀਮ ਦੇ ਵਿੱਚ ਹੋਣ। ਮੇਰੇ ਇਸ ਨੂੰ ਅਗਰ ਆਪਾਂ ਨੇ ਸਾਹਮਣੇ ਸਾਰੇ ਮੇਰੇ ਅਫਸਰ, ਸਾਰੇ ਮਿਨਿਸਟਰ ਸਾਹਿਬਾਨ, ਸਾਰੇ ਮੇਰੇ MLA ਸਾਹਿਬਾਨ, ਸਾਰੇ ਤੁਸੀਂ ਇਕੱਲੇ ਇਕੱਲੇ ਪਿੰਡ ਦੇ ਵਿੱਚ, ਇਕੱਲੇ ਇਕੱਲਾ ਸਰਪੰਚ, ਪੰਚ, ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਕੋਈ ਵੀ ਹੋਏ, ਔਰ ਜਿਹੜਾ ਕੋਈ ਵੀ ਕੁਛ ਨਹੀਂ, ਉਹਦੀ ਵੀ ਜ਼ਿੰਮੇਵਾਰੀ ਬਣਨੀ ਹੈ ਕਿ ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਬਚਾਉਣਾ। ਅਗਰ ਤੁਸੀਂ ਇਹ ਕਰੋਗੇ ਨਾ, ਫਿਰ ਆਪਾਂ ਇਸ ਨੂੰ ਕਾਬੂ ਕਰ ਸਕਦੇ ਹਾਂ। ਅਗਰ ਆਪਾਂ ਐਂ ਛੱਡ ਦੇਵਾਂਗੇ, ਇਹ ਗੱਲ ਫੈਲਦੀ ਜਾਊਗੀ ਔਰ ਕਿਸੇ ਦੇ ਬਸਤੀ ਬਾਹਰ ਦੇਖਦੇ ਨਹੀਂ ਆਪਾਂ ਟੈਲੀਵਿਜ਼ਨ 'ਤੇ ਕੀ ਹੋ ਰਿਹਾ? ਉੱਤਰ ਪ੍ਰਦੇਸ਼ ਦੇ ਵਿੱਚ ਲਾਸ਼ਾਂ ਨਦੀ ਦੇ ਵਿੱਚ ਸਿੱਟੀਆਂ ਜਾ ਰਹੀਆਂ ਨੇ, ਛੋਟੇ ਛੋਟੇ ਜਿੱਥੇ ਦਬਾਉਂਦੇ ਨੇ ਥੋੜ੍ਹਾ ਜਿਹਾ ਮਿੱਟੀ ਜਿਹੀ ਪਾਸੀ ਕਰਕੇ ਉੱਥੇ ਦਬਾ ਦਿੰਦੇ ਨੇ ਲੋਕਾਂ ਨੂੰ, ਜਗ੍ਹਾ ਨਹੀਂ ਹੈ ਇੱਥੇ। ਆਪਾਂ ਪੰਜਾਬ 'ਚ ਇਹ ਨਹੀਂ ਹੋਣ ਦੇਣਾ, ਕਦੇ ਵੀ ਨਹੀਂ ਹੋਣ ਦੇਣਾ। ਔਰ ਉਹ ਜਦ ਤਾਂ ਇਕੱਲਾ ਪੰਜਾਬੀ ਇਸ ਗੱਲ ਦੇ ਨਾਲ ਸਾਡੇ ਨਾਲ ਇਸ 'ਚ ਲੱਗੇਗਾ ਨਹੀਂ, ਆਪਾਂ ਸਾਰੇ ਇੱਕ ਪਰਿਵਾਰ ਆਪਣੇ ਆਪ ਨੂੰ ਸਮਝ ਕੇ ਲੱਗਾਂਗੇ ਨਹੀਂ, ਇੱਕ ਦੂਜੇ ਨੂੰ ਬਚਾਉਣ ਵਾਸਤੇ ਇਹ ਆਪਾਂ ਬਚਾ ਨਹੀਂ ਸਕਾਂਗੇ। ਤਾਂ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਆਇਆ, ਤਾਂ ਹੀ ਮੈਨੇ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਦੇ ਨਾਲ ਮੈਂ ਗੱਲ ਕਰਾਂ। ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿਉਂ ਸਾਨੂੰ ਬੁਲਾਇਆ, ਇਕੱਠੇ ਕੀਤਾ, ਇਸ ਕਰਕੇ ਕਿ ਆਪਾਂ ਨੂੰ ਇਹ ਗੱਲਾਂ ਆਪਾਂ ਨੂੰ ਦੇਖਣੀਆਂ ਪੈਣਗੀਆਂ ਕਿ ਆਪਾਂ ਕੀ ਕਰ ਸਕਦੇ ਹਾਂ। ਪਹਿਲਾਂ ਤਾਂ ਆਪਣੇ ਪਿੰਡਾਂ ਦੇ ਵਿੱਚ ਠੀਕ ਰਿਪੇਅਰ, ਪਿਛਲੀ ਵਾਰ ਕਰਦੇ ਸੀ ਤੁਸੀਂ ਔਰ ਕਾਬੂ ਹੋ ਗਿਆ ਸੀ ਪਿੰਡਾਂ, ਦੱਸੋ ਕਿੰਨੇ ਅੱਜ ਬਿਮਾਰੀ ਆਈ ਸੀ? ਬਹੁਤ ਘੱਟ ਆਈ ਸੀ। ਹੁਣ ਤੁਸੀਂ ਠੀਕ ਰਿਪੇਅਰ ਛੱਡਤੇ, ਲੋਕਾਂ ਨੂੰ ਆਉਣ ਦੇਣਾ। ਜਿਹੜਾ ਕਿਸੇ ਆਪ ਅਗਰ ਕੋਈ ਪਿੰਡ ਵਾਲੇ ਨੂੰ ਬਿਮਾਰੀ ਹੈ ਉਹਦਾ ਤਾਂ ਇਲਾਜ ਕਰਾਓ, ਅਗਰ ਕੋਈ ਬਾਹਰੋਂ ਆ ਕੇ ਬਿਮਾਰੀ ਲਿਆਉਂਦਾ ਵਿੱਚ ਉਹਨੂੰ ਰੋਕੋ, ਔਰ ਕਿਉਂ ਭਾਈ ਜਦ ਤਾਈਂ ਤੂੰ ਆਪਣਾ ਠੀਕ ਨਹੀਂ ਕਰਾਏਗਾ ਅਸੀਂ ਤੇਰੇ ਸਾਡੇ ਪਿੰਡ ਵਿੱਚ ਨਹੀਂ ਸੀ ਆਉਂਦੇ, ਸਾਡੇ ਪਿੰਡ ਨੂੰ ਤੂੰ ਖਰਾਬ ਕਰੋਗੇ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਇਸ ਜੋ ਮੈਂ ਬੋਲ ਰਿਹਾ ਤੁਹਾਡੇ ਨਾਲ, 4,000 ਜਗ੍ਹਾ ਦੇ ਵਿੱਚ ਇਹ ਸਕਰੀਨਾਂ ਲੱਗੀਆਂ ਨੇ ਔਰ ਤਕਰੀਬਨ 20,000 ਬੰਦੇ ਅੱਜ ਇਸ ਨੂੰ ਦੇਖ ਰਹੇ ਨੇ, 20,000 ਬੰਦੇ ਹਰ ਪਿੰਡੋਂ। ਤੋ ਇਹ ਜਿਹੜਾ ਸੁਨੇਹਾ ਹੈ ਸਾਡਾ ਸਾਰਿਆਂ ਦਾ, ਡਾਕਟਰ ਤਲਵਾਰ ਦਾ, ਤ੍ਰਿਪਤ ਬਾਜਵਾ ਜੀ ਦਾ, ਬਲਬੀਰ ਜੀ ਆਪਣੇ ਹੈਲਥ ਮਿਨਿਸਟਰ ਸਾਹਿਬ ਦਾ, ਚੀਫ ਸੈਕਟਰੀ ਸਾਹਿਬਾ ਦਾ, ਸਾਰਿਆਂ ਨੇ ਜਿਹਨਾਂ ਨੇ ਗੱਲਾਂ ਕੀਤੀਆਂ। ਮੈਂ ਕਿਹਾ ਇਹ ਤੁਸੀਂ ਆਪਣੇ ਪਿੰਡਾਂ ਜਾ ਕੇ ਲੋਕਾਂ ਨੂੰ ਦੱਸੋ ਕਿ ਇਹ ਆਪਾਂ ਨੇ ਹੈ, ਥੋੜ੍ਹੀ ਹਿੰਮਤ ਹੋਏਗੀ। ਹੁਣ ਸਰਪੰਚ ਸਾਹਿਬਾਨ, ਪੰਚ ਸਾਹਿਬਾਨ, ਔਰ ਦੇਖਿਆ ਮੈਂ ਦੇਖਿਆ ਨੇ ਕਿੰਨੇ ਤੁਹਾਡੇ ਪੜ੍ਹੇ ਲਿਖੇ ਲੋਕ ਨੇ ਜੋ ਜਿਸ ਤਰੀਕੇ ਨਾਲ ਸਾਡੇ ਪੰਚ ਔਰ ਸਰਪੰਚ ਹੁਣ ਨੇ, ਕੋਈ ਕਾਰਨ ਨਹੀਂ ਕਿ ਉਹ ਜਾ ਕੇ ਸਮਝਾਉਣ ਨਾ ਸਕਣ ਆਪਣੇ ਪਿੰਡ ਨੂੰ। ਜ਼ਰੂਰ ਸਮਝਾਓ ਔਰ ਉਹਨਾਂ ਨੂੰ ਦੱਸੋ ਕਿ ਇਹ ਜੰਗ ਆਪਣੇ ਪਿੰਡ ਦਾ ਨਹੀਂ, ਆਪਣੇ ਸੂਬੇ ਦਾ ਨਹੀਂ, ਇਹ ਪੂਰੇ ਹਿੰਦੁਸਤਾਨ ਦਾ, ਪੂਰੀ ਦੁਨੀਆ ਦਾ ਜੰਗ ਹੈ। ਔਰ ਆਪਾਂ ਪੰਜਾਬੀ ਦਿਖਾ ਦਈਏ ਦੁਨੀਆ ਨੂੰ ਕਿ ਅਸੀਂ ਕਿਸ ਤਰੀਕੇ ਨਾਲ ਇਹ ਜੰਗ ਲੜਦੇ ਹਾਂ। ਆਪਾਂ ਲੜਦੇ ਆਏ ਹਾਂ, ਕਿਹੜੇ ਜੰਗ 'ਚ ਨਹੀਂ ਲੜੇ? 2 ਜੰਗ ਤਾਂ ਮੈਂ ਦੇਖੇ ਨੇ, 1965 ਦਾ ਜੰਗ ਪਾਕਿਸਤਾਨ ਦੇ ਨਾਲ, ਔਰ ਉਸ ਤੋਂ ਪਹਿਲਾਂ ਜਿਹੜਾ ਇਹ ਸਪਟੈਂਬਰ 'ਚ ਹੋਇਆ ਸੀ, ਇੱਕ ਪਹਿਲਾਂ ਅਪ੍ਰੈਲ ਦੇ ਵਿੱਚ ਵੀ ਹੋਇਆ ਸੀ ਕਾਰਗਿਲ ਦੇ ਵਿੱਚ ਔਰ ਕੱਚ ਦੇ ਵਿੱਚ, ਉਹ ਮੈਂ ਆਪਣੇ ਦੇਖੇ ਨੇ।
ਕਿੰਨੇ ਹੋ ਤੁਸੀਂ? ਮੇਰਾ ਖਿਆਲ ਪਿੰਡਾਂ 'ਚ ਬੈਠੇ ਇੱਕ ਸਰਵਿਸਮੈਨ। ਕਿਹੜੇ ਜੰਗ ਨਹੀਂ ਤੁਸੀਂ ਦੇਖੇ? ਕਾਰਗਿਲ ਤੋਂ ਆਏ ਹੋਏ ਹੋ ਤੁਸੀਂ, ਤੁਸੀਂ ਇੱਥੇ ਚੀਨ ਦਾ ਜੰਗ ਲੜਿਆ, ਪਾਕਿਸਤਾਨ ਦੇ ਨਾਲ ਦੋ ਲੰਘ ਲੜੇ, ਬੰਗਲਾਦੇਸ਼ ਦਾ ਲੜਿਆ, ਇੱਥੇ ਲੜੇ ਹੋ। ਇਹ ਸਭ ਕੁਝ ਜ਼ਿਆਦਾ ਆਪਾਂ ਲੜ ਸਕਦੇ ਹਾਂ ਉਹਨਾਂ ਨਾਲ, ਤਾਂ ਆਪਾਂ ਇੱਥੇ ਆਪਣੇ ਪਿੰਡ ਦੇ ਵਿੱਚ ਨਹੀਂ ਇਸ ਬਿਮਾਰੀ ਨਾਲ ਲੜ ਸਕਦੇ। ਤੁਸੀਂ ਹਰ ਪਿੰਡ ਵਿੱਚ ਮੇਰਾ ਖਿਆਲ ਪਤਾ ਨਹੀਂ ਆਪਣੇ ਸੈਂਕੜੇ ਇੱਥੇ ਐਕਸ ਸਰਵਿਸਮੈਨ ਬੈਠੇ ਹੋਣੇ ਆ, ਮੇਰੇ ਵੀਰ ਜੋ ਮੇਰੇ ਨਾਲ ਅਸੀਂ ਇਕੱਠੇ ਰਹੇ ਹਾਂ, ਜੋ ਆਪਾਂ ਆਹ ਦੇਖੋ ਮੇਰੀ ਪੱਗ ਵੀ ਅੱਜ ਆਪਣੀ ਪਲਟਨ ਦੀ ਪੱਗ ਹੈ, ਮੇਰੀ ਰੈਜੀਮੈਂਟ ਦੀ ਪੱਗ ਹੈ। ਮੈਂ ਸਿੱਖ ਰੈਜੀਮੈਂਟ ਦਾ ਵਿੱਚ ਹੁੰਦਾ ਸੀ, ਔਰ ਮੇਰੇ ਕੋਲ ਦੱਸੋ ਕਿੰਨੇ ਇੱਥੇ ਸਿੱਖ ਰੈਜੀਮੈਂਟ 'ਤੇ ਇੱਥੇ ਬੈਠੇ ਸੁਣ ਰਹੇ ਹੋ ਮੇਰੀ ਗੱਲ। ਤੁਸੀਂ ਆਪਣੇ ਮੋਢਿਆਂ 'ਤੇ ਭਾਰ ਚੱਕੋ। ਸਾਰੇ ਮੇਰੇ ਫੌਜੀ ਵੀਰ ਵੀ ਗਾਰਡੀਅਨ ਫੋਰ ਗਵਰਨੈਂਸ ਲੱਗੀ ਹੋਈ ਹੈ, ਉਹ ਜਾ ਰਹੇ ਨੇ ਉੱਥੇ, ਸਾਰੇ ਕਿੱਥੇ ਜਾ ਰਹੇ ਨੇ, ਹਰ ਮਹਿਕਮੇ ਦੇ ਲੋਕ ਜਾ ਰਹੇ ਨੇ, ਰੂਰਲ ਡਿਵੈਲਪਮੈਂਟ 'ਤੇ ਲੱਗੇ ਨੇ, ਹੈਲਥ ਮਹਿਕਮਾ ਲੱਗਿਆ, ਐਗਰੀਕਲਚਰ ਮਹਿਕਮਾ ਲੱਗਿਆ, ਸਾਰੇ ਮਹਿਕਮੇ ਲੱਗੇ ਹੋਏ ਨੇ ਇਸ ਕੰਮ 'ਚ। ਪੁਲਿਸ ਨੇ ਅੱਜ ਕਹਿਤਾ ਕਿ ਅਸੀਂ ਕਿਸੇ ਨੂੰ, ਮੈਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕੁਛ ਭੁੱਖਾ ਨਹੀਂ ਸੌਗਾ, ਉਹਨਾਂ ਨੇ ਹੈਲਪਲਾਈਨ ਦੇ ਦਿੱਤੀ ਕਿ ਜਿਹਨੂੰ ਕਿੱਥੇ ਕੋਈ ਬਿਮਾਰ ਹੈ ਔਰ ਉਹਦੇ ਕੋਲ ਰੋਟੀ ਨਹੀਂ, ਸਾਨੂੰ ਟੈਲੀਫੋਨ ਕਰੋ, ਅੱਧੇ ਘੰਟੇ 'ਚੋਂ ਅਸੀਂ ਤੁਹਾਨੂੰ ਪੱਕੀ ਰੋਟੀ ਤੁਹਾਨੂੰ ਪਹੁੰਚਾ ਦਾਂਗੇ। ਫਤਿਹ ਕਿੱਟ ਦਿੱਤੇ ਨੇ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਗਰ ਤੁਸੀਂ ਪੋਜ਼ਿਟਿਵ ਹੋ, ਸਟੇਜ 1 ਦੇ ਵਿੱਚ ਹੋ, ਲੈਵਲ 1 ਦੇ ਵਿੱਚ ਹੋ, ਆਪਣੇ ਘਰ 'ਚ ਜਾਓ, ਫਤਿਹ ਕਿੱਟ ਤੁਹਾਨੂੰ ਮਿਲ ਜੂਗਾ। ਬਿਮਾਰੀ ਦਾ ਕੀ ਦਵਾਈ ਲੈਣੀ ਹੈ, ਕੈਸੇ ਲੈਣੀ ਹੈ, ਸਾਰਾ ਕਾਗਜ਼ ਵਿੱਚ ਹੈ। ਕੋਈ ਬੰਦਾ ਆਊਗਾ ਜਿਹੜਾ ਤੁਹਾਨੂੰ ਦੇਊਗਾ ਔਰ ਉਹ ਸਮਝਾਊਗਾ ਵੀ ਤੁਹਾਨੂੰ, ਉਹ ਤੁਸੀਂ ਲਓ। ਜਿਹੜੇ ਅੱਜ ਸਾਡੇ ਦਿਹਾੜੀਦਾਰ ਨੇ ਵਿਚਾਰੇ ਗਰੀਬ, ਉਹਨਾਂ ਵਾਸਤੇ ਅਸੀਂ ਰੋਟੀ ਦੇ ਥੈਲੀਆਂ ਬਣਾਈਆਂ ਨੇ ਕਿ 10 ਕਿਲੋ ਆਟਾ ਔਰ 2 ਕਿਲੋ ਚਣੇ ਔਰ 2 ਕਿਲੋ ਚੀਨੀ, ਔਰ ਗਵਰਨਮੈਂਟ ਆਫ ਇੰਡੀਆ 10 ਕਿਲੋ ਹੋਰ ਦੇ ਰਹੀ ਹੈ। ਔਰ ਤੁਸੀਂ ਅਗਰ ਅੱਜ ਤੁਸੀਂ ਦਿਹਾੜੀਦਾਰ, ਮੈਂ ਪੁੱਛਣਾ ਕਈਆਂ ਨੂੰ ਮੈਂ ਪੁੱਛਿਆ ਕਿ ਬਾਈ ਤੁਸੀਂ ਕਰਾਉਂਦੇ ਕਿ ਨਹੀਂ ਟੈਸਟ, ਕਹਿੰਦੇ ਸਾਹਿਬ ਅਗਰ ਅਸੀਂ ਟੈਸਟ ਕਰਾਈਏ ਨਾ ਔਰ ਅਸੀਂ ਸਾਨੂੰ ਇਹ ਬਿਮਾਰੀ ਲੱਗ ਜਾਏ ਤਾਂ ਸਾਨੂੰ ਅੰਦਰ ਕਮਰੇ 'ਚ ਕਰ ਦੇਣਗੇ, ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਜੋ ਖਵਾਉਂਦੇ ਆ ਉਹੀ ਖਵਾਉਂਦੇ ਹਾਂ। ਔਰ ਤਾਂ ਹੀ ਅਸੀਂ ਕਿਹਾ ਕਿ ਅਸੀਂ ਤੁਹਾਨੂੰ ਦਵਾਈ ਵੀ ਦੇਵਾਂਗੇ ਘਰ ਦੇ ਵਿੱਚ ਔਰ ਤੁਹਾਨੂੰ ਰੋਟੀ ਦਾ ਪ੍ਰਬੰਧ ਕਰ ਦਾਂਗੇ 21 ਦਿਨ ਵਾਸਤੇ, ਤਾਂ ਕਿ ਤੁਸੀਂ ਅਗਰ ਤੁਸੀਂ ਉਹ ਤੁਹਾਡੀ ਘਰ ਆ ਰਹੀ ਹੈ ਔਰ ਨਾਲੇ ਤੁਹਾਡੇ 4 ਬੱਚੇ ਨੇ, ਤਾਂ ਅਸੀਂ 6 ਬੈਗ ਦੇਵਾਂਗੇ ਤੁਹਾਨੂੰ ਹਰ ਬੱਚੇ ਵਾਸਤੇ ਔਰ ਹਰ ਬੰਦ ਕੇ 1-1 ਬੈਗ, ਤਾਂ ਕਿ ਤੁਸੀਂ 21 ਦਿਨ ਆਪਣਾ ਪੂਰਾ ਕਰਾ ਸਕੋ ਆਪਣੀ ਕੁਆਰੰਟੀਨ ਦਾ, ਔਰ ਫਿਰ ਆ ਕੇ ਤੁਸੀਂ ਆਪਣਾ ਕੰਮ ਕਰ ਲਓ। ਇਹ ਅਸੀਂ ਆਪਣੇ ਤੌਰ 'ਤੇ ਕਰ ਰਹੇ ਹਾਂ ਔਰ ਸਾਡੀ ਡਿਊਟੀ ਬਣਦੀ ਹੈ। ਔਰ ਮੈਂ ਚਾਹੁੰਦਾ ਕਿ ਜਿਹੜੇ ਵੀ ਗਰੀਬ ਹੈ, ਤੁਸੀਂ ਬੇਟਾ ਮੇਰੀ ਬੇਟੀ ਉਹ ਜੋ ਹੈ, ਤੁਸੀਂ ਡਰੋ ਨਾ ਕਿਸੇ ਗੱਲ ਤੋਂ। ਜਿੱਥੇ ਕੋਈ ਟੈਸਟ ਕਰਾਉਂਦਾ ਕਰਾਓ ਟੈਸਟ, ਤੁਹਾਡੀ ਦੇਖਭਾਲ ਕਰਨੀ ਸਾਡਾ ਕੰਮ ਹੈ ਔਰ ਅਸੀਂ ਤੁਹਾਨੂੰ ਕੁਛ ਨਹੀਂ। ਮੈਂ ਪੰਜਾਬ ਦੇ ਵਿੱਚ ਇਹ ਬਿਮਾਰੀ ਨੂੰ ਖਤਮ ਕਰਕੇ ਛੱਡੂੰ ਔਰ ਕਿਸੇ ਨੂੰ ਇੱਥੇ ਭੁੱਖਾ ਨਹੀਂ ਰਹਿਣ ਦੇਣਾ ਮੈਂ। ਇਹ 2 ਮੇਰੇ ਅੱਜ ਵਾਅਦੇ ਨੇ ਤੁਹਾਡੇ ਨਾਲ, ਆਪਾਂ ਇਹ ਕਰਾਂਗੇ ਇਸ ਨੂੰ, ਔਰ ਤੁਹਾਨੂੰ ਹਿੰਮਤ ਕਰਨੀ ਪਊਗੀ। ਔਰ ਮੈਂ ਇੱਕ ਹੁਣ ਕਰਨਾ ਚਾਹੁੰਦਾ ਇੱਕ ਗੱਲ, ਜਿਹੜਾ ਪਿੰਡ 100% ਵੈਕਸੀਨੇਸ਼ਨ ਕਰੂਗਾ ਉਹਨੂੰ ਮੈਂ 10 ਲੱਖ ਦਾ ਗ੍ਰਾਂਟ ਦੇਊਂਗਾ ਆਪਣੀ ਡਿਵੈਲਪਮੈਂਟ ਵਾਸਤੇ। ਨੋਟ ਕਰ ਲਓ ਜਿੰਨੇ ਵੈਕਸੀਨ, ਮੈਨੂੰ ਪਤਾ ਵੈਕਸੀਨੇਸ਼ਨ ਦਾ ਕੋਈ ਡਰ ਹੈ, ਪਰ ਜਦ ਆਓ ਲੱਗ ਜਾਓ ਲਾਈਨਾਂ ਦੇ ਵਿੱਚ ਔਰ ਕਰਾ ਲਓ ਆਪਣੀ ਵੈਕਸੀਨੇਸ਼ਨ, ਔਰ ਤੁਹਾਡੀ ਗ੍ਰਾਂਟ ਮੈਂ ਦੇ ਦੂੰਗਾ, ਜੋ ਕੁਝ ਤੁਸੀਂ ਆਪਣੇ ਪਿੰਡ 'ਚ ਕਰਾਉਣਾ ਤੁਸੀਂ ਕਰਾ ਲਓ। ਅੱਜ ਅਸੀਂ TV ਦੇ ਉੱਪਰ ਵੀ ਹੈ, ਹੋਰ ਸੁਣਦੇ ਹੋਣੇ ਹੈ ਕਿ ਜਿਹੜੇ ਅੱਜ ਇਹ ਸਕਰੀਨਾਂ ਨੂੰ ਨਹੀਂ ਦੇਖ ਰਹੇ, ਤੁਸੀਂ ਵੀ ਮੇਰੇ ਵੀਰ ਔਰ ਭੈਣੋ ਇਹ ਯਾਦ ਰੱਖੋ ਜੋ ਗੱਲਾਂ ਮੈਂ ਕਹੀਆਂ ਨੇ, ਔਰ ਵੈਬਸਾਈਟਸ ਦੇ ਉੱਪਰ ਵੀ ਇਹ ਗੱਲ ਚੱਲਦੀ ਹੈ। ਇਹ ਹੁਣ ਤੁਹਾਨੂੰ ਇਹ ਸਾਰਾ ਕੁਝ ਦੇਖਣਾ ਪਊ ਕਿ ਅੱਜ ਸਾਡੇ ਕੋਲ ਜੋ ਅਸੀਂ ਕਰਾਉਣਾ ਚਾਹੁੰਦੇ ਹਾਂ ਉਹਨਾਂ ਦੇ ਵਿੱਚ ਤੁਸੀਂ ਪੂਰਾ ਆਪਣਾ ਹਿੱਸਾ ਪਾਓਗੇ। ਇਹਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਕਿ ਤੁਹਾਡੇ ਕੋਲ ਇਹ ਫਤਿਹ ਕਿੱਟਸ ਆਈਆਂ ਨੇ, ਹੁਣ ਫਤਿਹ ਕਿੱਟਸ ਤੁਹਾਨੂੰ ਜਿਹੜੇ ਦੇਣਗੇ ਉਹ ਦੱਸਣਗੇ ਤੁਹਾਨੂੰ, ਲੇਕਿਨ ਇਹਦੇ ਵਿੱਚ ਥਰਮੋਮੀਟਰ ਹੈ, ਆਕਸੀਮੀਟਰ ਹੈ ਜਿਹੜਾ ਤੁਹਾਨੂੰ ਦੱਸਦਾ ਕਿ ਆਕਸੀਜਨ ਤੁਹਾਡੇ ਵਿੱਚ ਕਿੰਨਾ ਹੈ, ਤੁਹਾਡੇ ਕੋਲ ਸਟੀਮਰ ਹੈ, ਤੁਹਾਡੇ ਕੋਲ ਦਵਾਈਆਂ ਨੇ, ਤੁਹਾਡੇ ਕੋਲ ਆਯੁਰਵੇਦਿਕ ਮੈਡੀਸਨ ਦਵਾਈਆਂ ਵੀ ਨੇ ਔਰ ਇੰਸਟਰਕਸ਼ਨ ਵੀ ਨੇ, ਕਿਤਾਬਾਂ ਕੈਸੇ 22 ਚੀਜ਼ਾਂ ਨੇ ਉਹਦੇ ਵਿੱਚ ਡੱਬੇ ਦੇ ਵਿੱਚ। ਔਰ ਤੁਹਾਨੂੰ ਅਗਰ ਥੋੜ੍ਹਾ ਤੁਸੀਂ ਦੇਖਿਆ ਕਿ ਮੇਰਾ ਆਕਸੀਜਨ 94 ਤੋਂ ਘੱਟ ਹੈ, ਤੁਸੀਂ ਇੱਕਦਮ ਆਪਣੇ ਵੈਲਨੈਸ ਸੈਂਟਰ, ਹੈਲਥ ਸੈਂਟਰ ਜਿੱਥੇ ਡਾਕਟਰ ਬੈਠੇ ਉੱਥੇ ਜਾ ਕੇ ਉਹਨਾਂ ਨੂੰ ਮਿਲੋ। ਇਹ ਤੁਹਾਨੂੰ ਕਰਨਾ ਪਊਗਾ ਔਰ ਮੈਂ ਆਸ ਕਰਦਾ ਕਿ ਆਪਾਂ ਬਿਲਕੁਲ ਇਸ ਗੱਲ ਨੂੰ ਚੰਗੀ ਤਰ੍ਹਾਂ ਕਰਾਵਾਂਗੇ। ਇੱਕ ਪਾਸੇ ਜਿੱਥੇ ਤਾਈਂ 45 ਸਾਲ ਦੀ ਉਮਰ ਤੋਂ ਜ਼ਿਆਦਾ ਨੇ ਲੋਕ, ਉਹਨਾਂ ਦਾ ਵੈਕਸੀਨੇਸ਼ਨ ਜੋ ਆ ਰਿਹਾ ਗਵਰਨਮੈਂਟ ਆਫ ਇੰਡੀਆ ਉਹ ਮੁਫਤ ਆ ਰਿਹਾ, ਔਰ ਜੋ 18 ਔਰ 45 ਦਰਮਿਆਨ ਨੇ
पंजाब गवर्नमेंट अपने हेल्थ सेंटर उसको मुफ्त करेगा ताकि थोनों जिते भी तुम जा सको उत्थे किसी भी हेल्थ सेंटर जो पंजाब गवर्नमेंट का सेंटर है हॉस्पिटल है या हेल्थ सेंटर है उत्थे जिते डॉक्टर बैठे ने और वैक्सीन आ गई तुम जाके उत्थे मुफ्त लगा सकते हो। तो अज मैनू खुशी भी होंगी है कि मैं थोड़े नाल गल कर सकियां और दुख भी कि इस औखी घड़ी दे विच मैनू करन दी लोड़ पई है। तो अज असी थोनू मैं दस दिता है हेल्पलाइन साड़ियाँ चल रही ने चौ रोज़ हर मिनट से एक खुली होगी 104 से कोई चीज़ की थोड़ी लोड़ है उन्होंने तुम इस गल करो ये मैं कर रहा उन्होंने वास्ते जेडे लैवल वन दे अपने घर बैठे हो और दवाई उत्थे ले रहे हो कदे भी कोई गल करनी हो उत्थे रिंग करो थोनू डॉक्टर साहब थोनू मिलेंगे। फिर असी रोटी का मैं प्रबंध कर थोनू दस दिता पुलिस साड़ी मैं दसता वो भी थोनू जो जब तुम कोई भुखा है वो अपने टेलीफोन करे वो खाना दे के आवे 5 लाख रोटी दे असी प्रबंध कर दिता किट हूँ बन रहे ने होर बनावे उत्थे दिया जिद थोड़ा आटा वगैरह चौल चने तो चने है 5 लाख असी इन्हों हूँ शुरू कर रहे हैं और भोजन हेल्पलाइन जो पुलिस की है वो 112 नंबर है तुम वो 112 नंबर से टेलीफोन करो और पुलिस थोड़ी रोटी दो। और सरपंचों असी इजाजत दे रहे हैं कि तुम 5000 रुपए अपने पंचायत फंड्स तो एमरजेंसी कोविड ट्रीटमेंट वास्ते 50,000 तक 5000 तो 50,000 तक तुम इस्तेमाल कर सकते हो अपने बंद इमीजिएट मदद कराने वास्ते। और मैं आप तो यही चाहूँगा कि जब साड़ियाँ टीम जाती ने अपने पिंड कई बंदे अपनी टेस्ट नहीं करवाना चाहते ये तुम जिम्मेवारी लो मेरे सरपंचों और पंचों कि जो टेस्ट आए घर ले जाओ और उन्होंने टेस्ट जरूर कराओ ये थोड़े पिंड की सुरक्षा वास्ते है तो तुम एक तो ये करो। दूसरा जिन्होंने भी स्टेज वन से पता है कि बीमारी होगी एकदम उन्होंने घर अपने बिठाओ फतेह किट लो डॉक्टर तो और उन्होंने दो और समझाओ कि इस्तेमाल कैसे करना है। और जो मैं थोड़ा दस चुका वो जरा पाओगे अपने उंगली तो दसूगा कि थोड़ा ऑक्सीजन लेवल किन्ना है अगर 84 तो घट 94 तो घट है तो जाके एकदम डॉक्टर इस डॉक्टर साहब पूछो कि की कर सकते हो। फिर अखीरला वैक्सीनेशन मैं पता है घाट है इस वेले पूरे हिंदुस्तान घाट है लेकिन असं कोशिश कर रहे हैं जितों वैक्सीन सूँ मिल सकती असं लैके आ रहे हैं और देवे अपने जितने वैक्सीनेशन सेंटर्स ने तुसी उत्थे जाके अपना वैक्सीनेशन जरूर लगाओ वो मैं लगा लिया सारे ने लगा लिया हूँ ये जी नवा कोविड है ये घट उम्र के बंद जाता पहले तो बड़े उम्र के लोग होंगे से कुछ से जेडे कोमोरबिड से किसी का कोई डायबिटीज़ से किसी का कोई किडनी का गुर्दे का प्रॉब्लम से किसी का कोई होर प्रॉब्लम से उन्होंने लगते से हूँ तो बच्चों ने आने लग गया मेरी तो पड़दोती है 4 साल की बच्ची है उन्होंने भी हो चुके हैं तो ये तो सारे कहते चल रहे हैं कि रुकता नहीं तो इस करके आपको गल् आपूनिया पैनगियाँ। तो मैं हूँ अखीर से ही कहना चाहना एक बार फिर कोई अपने पंजाब किसी मरना नहीं चाहता ये मौत नहीं होनी चाहती साढ़े आंकड़े कुछ अच्छे नहीं है मैं थोड़ा पढ़ के सुना दिना ताकि तुम जान लो कि जब तो 14 महीने पहला मार्च तो काम शुरू होया ये बीमारी आई है 5,04,586 बंद कोविड होया पंजाब इन 12,086 मौत हुई ने साडे सूबे कल दे दिहाड़े कल दे दिन 6,947 साडे केस नवे होए ने और 194 साडियां मौत हुई ने। लेकिन जैसे मैं थोनू पहला दसिया 9,936 साडे अज ऑक्सीजन ते ने और 419 बंदे अज साडे वेंटिलेटर दे उपर ने और लैवल 3 जोड़ा अखीरला लैवल है वो 1,221 साढ़े केस बैड लैवल 3 के जोड़े वार्डस ने जिते मंजे ने जिते मशीन ने उत्थे लगे हुए ये कम इनू कटा पड़ेगा और ये थोड़े हाथ और आ भी जरा नवे आ रहे हैं
6000 कुछ इनू 9000 तो सी एक बार हूँ 6900 है इसनों भी अपन कटा जिन्ना यह कटूगा इन्ना लैवल 2 और लैवल 3 कटूगा। तो ये काम सानू अपने आप हथ हथ लेना पड़ू। हर पंजाबी फौजी है, हर पंजाबी लड़ाई वास्ते तैयार रहता है। कोई लड़ाई नहीं जिते पंजाबी मोर्चिया च नहीं बैठे होंगे या अपने कित भी अपने जंग के मैदान च नहीं होंगे। जदों कोई फौज में भी नहीं, मैनू याद है जे ट्रक आए जाते साढ़े न सिविल सारे आ जाते ट्रक के, चलो असं चलते हैं थोड़े ना समान चक के थोड़ा लैके जाने पाकिस्तान के सारे बॉर्डर से कम घूमते से। ये साढ़े पंजाबियों की एक स्पिरिट है, साड़ा जी आत्मा है वो लड़ाई जंग वाली है और इस जंग में अपन लड़ना पेगा। लड़ोंगे तुम आप कट्ठे ही लड़ोंगे और वाहगुरु की कृपा ना अपनी फतेह हो अखीर। बहुत थोड़ा शुक्रिया कि तुम आज आके देखे, पर मेरी लोड़ सी मैनू ये गल कर दी और मैं आस करदा कि तुम आ सुनेहा साडा लैके अपने पिंड जाओगे। बहुत धन्यवाद थोड़ा। वाहिगुरू जी का खालसा, वाहिगुरू जी की फतेह।